ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ETO ਨੇ ਇੱਕ ਘਪਲੇ ਖਦਸ਼ੇ ਦੇ ਮਸਲੇ ਦੇ ਵਿੱਚ ਪਰਚਾ ਦਰਜ ਕਰਵਾਉਣ ਦੇ ਹੁਕਮ ਕਰ ਦਿੱਤੇ ਨੇ। ਚਾਰ ਜਣੇ ਗ੍ਰਿਫਤਾਰ ਕਰ ਲਏ ਗਏ ਨੇ। ਮਸਲਾ ਥਰਮਲ ਪਾਵਰ ਪਲਾਂਟ ਦਾ, ਜਿੱਥੇ ਕੋਲੇ ਦੇ ਸੈਂਪਲ ਟੈਸਟ ਚੋਰੀ ਹੋਏ ਨੇ, ਫਿਰ ਫੇਲ ਹੋਣ ਦੇ ਡਰ ਦੇ ਚੱਕਰ 'ਚ ਕੰਪਨੀ ਨੇ ਲੈਬ ਸਟਾਫ ਦੇ ਨਾਲ ਮਿਲ ਕੇ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਇਸ ਦੋਸ਼ ਦੇ ਵਿੱਚ ਚਾਰ ਜਣੇ ਗ੍ਰਿਫਤਾਰ ਹੋ ਚੁੱਕੇ ਨੇ। ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਰੂਪਨਗਰ ਵਿਖੇ ਕੋਲੇ ਦੀ ਸਪਲਾਈ ਕਰਨ ਵਾਲੀ ਕੰਪਨੀ ਦੇ ਦੋ ਕਰਮਚਾਰੀਆਂ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕੰਪਨੀ ਵੱਲੋਂ ਸਪਲਾਈ ਹੋਣ ਵਾਲੇ ਕੋਲੇ ਦੇ ਸੈਂਪਲ ਫੇਲ ਹੋਣ ਦੇ ਡਰ ਤੋਂ ਕੰਪਨੀ ਨੇ ਕਰਮਚਾਰੀਆਂ ਨਾਲ ਮਿਲ ਕੇ ਸੈਂਪਲ ਟੈਸਟ ਫੇਲ ਕਰਨ ਵਾਲੀ ਲੈਬ ਦੇ ਸਟਾਫ ਦੇ ਨਾਲ ਮਿਲੀ ਭੁਗਤ ਕੀਤੀ ਅਤੇ ਫਿਰ ਗੜਬੜੀ ਕੀਤੀ। ਇਸ ਮਾਮਲੇ ਵਿੱਚ ਕੰਪਨੀ ਮਾਲਕ ਸਮੇਤ ਦੋ ਲੋਕ ਹਾਲੇ ਜਿਹੜੇ ਫਰਾਰ ਦੱਸੇ ਜਾ ਰਹੇ ਨੇ। ਇਸ ਮਾਮਲੇ 'ਚ ਕੁੱਲ 6 ਲੋਕਾਂ ਦੇ ਖਿਲਾਫ਼ ਕੋਲੇ ਦੀ ਸੈਂਪਲਿੰਗ ਦੇ ਨਾਲ ਛੇੜਛਾੜ ਕਰਨ ਅਤੇ ਡਿਪਾਰਟਮੈਂਟਲ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣ ਸਮੇਤ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ETO ਨੇ ਇਸ ਮਾਮਲੇ ਦੇ ਵਿੱਚ ਸਖ਼ਤ ਨੋਟਿਸ ਲਿਆ। ਘਟਨਾ ਨੂੰ ਲੈ ਕੇ ਥਾਣਾ ਸਦਰ ਰੋਪੜ ਵਿਖੇ ਮੁਕੱਦਮਾ ਦਰਜ ਕੀਤਾ ਗਿਆ, FIR ਨੰਬਰ 16। ਉਸ ਅਨੁਸਾਰ ਰੂਪਨਗਰ ਦੇ ਪਿੰਡ ਧਨੌਲੀ ਸਥਿਤ ਥਰਮਲ ਪਲਾਂਟ ਦੇ ਚੀਫ ਕੈਮਿਸਟ ਸੁਖਵਿੰਦਰ ਸਿੰਘ ਨੇ ਇਹ ਕੇਸ ਦਰਜ ਕਰਵਾਇਆ, ਜਿਨ੍ਹਾਂ ਨੇ ਦੋਸ਼ ਲਗਾਇਆ ਕਿ 18 ਮਾਰਚ ਦੀ ਰਾਤ ਨੂੰ ਥਰਮਲ ਪਲਾਂਟ ਵਿੱਚ ਕੋਇਲਾ ਟੈਸਟਿੰਗ ਲੈਬ ਅਤੇ ਅਲਮਾਰੀ ਨੂੰ ਤੋੜਨ ਤੋਂ ਬਾਅਦ ਇੱਥੋਂ ਸੈਂਪਲ ਚੋਰੀ ਕੀਤੇ ਗਏ ਨੇ। ਹੁਣ ਤੱਕ ਦੀ ਹੋਈ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਪੋਲਿਟੀ ਐਂਡ ਸਲਿਊਸ਼ਨ ਕੰਪਨੀ ਦੇ ਮਾਲਕ ਨਕਲ ਗੁਪਤਾ ਨੇ ਥਰਮਲ ਪਲਾਂਟ ਸਪਲਾਈ ਕਰਨ ਦਾ ਆਪਣੀ ਕੰਪਨੀ ਦੇ ਕਰਮਚਾਰੀਆਂ ਅਰਵਿੰਦ ਕੁਮਾਰ, ਵਰਨ ਕੁਮਾਰ ਦੇ ਨਾਲ ਮਿਲ ਕੇ ਅਲਮਾਰੀ ਦਾ ਜਿੰਦਰਾ ਤੋੜ ਤੋਂ ਬਾਅਦ ਸੈਂਪਲ ਚੋਰੀ ਕੀਤੇ ਸੀ, ਪਰ ਚੋਰੀ ਤੋਂ ਬਾਅਦ ਚੈੱਕ ਵੀ ਕੀਤੇ ਗਏ ਸੀ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਸੈਂਪਲ ਵਾਲਾ ਉੱਥੇ ਝੋਲਾ ਨਹੀਂ ਸੀ ਜਿਸ 'ਤੇ ਨੰਬਰ ਲੱਗਿਆ ਹੋਇਆ ਸੀ। ਇਸ ਤੋਂ ਬਾਅਦ ਸੈਂਪਲ ਨੂੰ ਵਾਪਸ ਰੱਖ ਦਿੱਤਾ ਗਿਆ ਅਤੇ CCTV ਕੈਮਰੇ ਅਤੇ CPU ਨੂੰ ਵੀ ਚੋਰੀ ਕਰਨ ਤੋਂ ਬਾਅਦ ਨਜ਼ਦੀਕ ਵਹਿ ਰਹੇ ਨਾਲੇ ਵਿੱਚ ਸੁੱਟ ਦਿੱਤੇ ਗਏ ਨੇ। ਇਸ ਚੋਰੀ ਦੇ ਕਾਰਨ ਜਿਹੜਾ ਅੰਜਾਮ ਦਿੱਤਾ ਗਿਆ ਤਾਂ ਜੋ ਕੰਪਨੀ ਦੇ ਸੈਂਪਲ ਫੇਲ ਹੋਣ ਤੋਂ ਬਾਅਦ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਜੁਰਮਾਨਾ ਨਾ ਲੱਗੇ। ਮਹਿਕਮੇ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ETO ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਾਮਲੇ ਵਿੱਚ ਪਿਊਸ਼ ਕੁਮਾਰ ਵਾਸੀ ਝੂਮੀਆਂ ਥਰਮਲ ਪਲਾਂਟ, ਅਰਵਿੰਦ ਕੁਮਾਰ ਨਿਵਾਸੀ ਝੂਮਰ ਥਰਮਲ ਪਲਾਂਟ, ਵਰਨ ਕੁਮਾਰ ਨਿਵਾਸੀ ਭਗਤਪੁਰਾ ਮੁਹੱਲਾ ਫਗਵਾੜਾ, ਪੁਸ਼ਪਿੰਦਰ ਨਿਵਾਸੀ ਨੂੰ ਕਲੋਨੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ, ਜਦੋਂ ਕਿ ਪਲਾਂਟ ਦੇ ਮਾਲਕ ਨਕਲ ਗੁਪਤਾ ਵਾਸੀ ਦਿੱਲੀ ਅਤੇ ਕੈਲਾਸ਼ ਕੁਮਾਰ ਥਰਮਲ ਪਲਾਂਟ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ, ਦੋਨੇ ਫਰਾਰ ਨੇ। ਕੰਪਨੀ ਨੇ ਕਰਮਚਾਰੀ ਅਰਵਿੰਦ ਕੁਮਾਰ ਅਤੇ ਵਰਨ ਕੁਮਾਰ ਨਾਲ ਮਿਲ ਕੇ ਕੈਲਾਸ਼ ਅਤੇ ਪਿਊਸ਼ ਇਸ ਚੋਰੀ ਦੇ ਅਪਰਾਧ ਦੇ ਵਿੱਚ ਤਿਆਰ ਕੀਤਾ ਅਤੇ ਕਿਸ ਕੰਮ ਦੇ ਬਦਲੇ ਕੰਪਲੇਂਟ 'ਚ ਜ਼ਿਕਰ ਕੀਤਾ ਗਿਆ ਕਿ ਦੋਨਾਂ ਨੂੰ 10,000 ਰੁਪਏ ਸੈਕਿੰਡ ਦਾ ਕੰਮ ਦੇ ਬਦਲੇ ਪੈਸੇ ਦੇਣੇ ਸੀ ਕਿਉਂਕਿ ਸੈਂਪਲ ਫੇਲ ਕਰਨੇ ਸੀ।
ਇਸ ਮਸਲੇ ਜਦ ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ETO ਨੂੰ ਪਤਾ ਲੱਗਾ, ਉਹਨਾਂ ਨੇ ਫਿਰ ਜਾਂਚ ਕਰਵਾਈ, ਸ਼ਿਕਾਇਤ ਹੋਈ, ਸ਼ਿਕਾਇਤ ਤੋਂ ਬਾਅਦ ਮੁਕੱਦਮਾ ਦਰਜ ਹੋਇਆ, ਮੁਕੱਦਮੇ ਤੋਂ ਬਾਅਦ 4 ਲੋਕ ਗ੍ਰਿਫਤਾਰ ਕਰ ਲਏ ਨੇ, 2 ਹਾਲੇ ਫਰਾਰ ਨੇ। ਮਸਲਾ ਕਰੋੜਾਂ ਰੁਪਏ ਦਾ ਹੋ ਸਕਦਾ, ਕਿਉਂਕਿ ਕੰਪਨੀ ਦਾ ਲਾਇਸੈਂਸ ਵੀ ਕੈਂਸਲ ਹੋ ਸਕਦਾ। ਕੰਪਨੀ ਦੇ ਮਾਲਕ ਨੇ ਥਰਮਲ ਪਲਾਂਟ ਦੇ ਕਰਮਚਾਰੀਆਂ ਨਾਲ ਮਿਲ ਕੇ ਕਿਵੇਂ ਗੜਬੜੀ ਕੀਤੀ ਆ, ਔਰ ਸਭ ਤੋਂ ਵੱਡੀ ਗੱਲ ਆ ਕਿ ਕੀ ਇਹ ਕੰਪਨੀ ਕਿੰਨੇ ਸਮੇਂ ਤੋਂ ਇਸ ਥਰਮਲ ਪਾਵਰ ਪਲਾਂਟ ਦੇ ਵਿੱਚ ਕੋਲਾ ਸਪਲਾਈ ਕਰ ਰਹੀ ਸੀ, ਕਿ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਸੈਂਪਲ ਚੋਰੀ ਹੋਏ ਨੇ, ਜਾਂ ਫਿਰ ਪਹਿਲੀ ਦਫਾ ਇਹ ਛੇੜਛਾੜ ਕੀਤੀ ਗਈ ਆ। ਜਾਂਚ ਦਾ ਵਿਸ਼ਾ, ਪੁਲਿਸ ਇੱਕ ਪਾਸੇ ਇਨਵੈਸਟੀਗੇਸ਼ਨ ਕਰ ਰਹੀ ਹੈ, ਦੂਜੇ ਪਾਸੇ ਹੁਣ ਬਿਜਲੀ ਮਹਿਕਮੇ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਵੀ ਜਾਂਚ ਕਰਨ ਕਿ ਅਸਲ ਦੋਸ਼ੀ ਕਿਹੜੇ ਨੇ, ਉਹਨਾਂ ਦੇ ਪਿੱਛੇ ਕੀ ਸਾਜਿਸ਼ ਆ, ਅਤੇ ਕੀ ਜਿਹੜੀ ਕੰਪਨੀ ਨੇ ਹੇਰਾਫੇਰੀ ਕਰਨ ਦੀ ਯਤਨ ਕੀਤੇ ਨੇ, ਜਿਸ ਕੰਪਨੀ ਦੇ ਮਾਲਕ ਨੇ ਥਰਮਲ ਪਾਵਰ ਪਲਾਂਟ ਦੇ ਕਰਮਚਾਰੀ ਮਿਲ ਕੇ ਸਾਰੀ ਖੇਡ ਖੇਡੀ ਆ, ਉਸ ਕੰਪਨੀ ਦਾ ਟਰੈਕ ਕੀ ਆ, ਰਿਕਾਰਡ ਕੀ ਆ, ਇਹ ਵੀ ਇੱਕ ਜਾਂਚ ਦਾ ਵਿਸ਼ਾ। ਫਿਲਹਾਲ ਇਸ ਜਾਣਕਾਰੀ ਦਾ ਤੁਹਾਡੇ ਤੋਂ ਲੈਂਦੇ ਆ ਗਿਆ, ਦੇਖਦੇ ਰਹੋ ABC ਪੰਜਾਬ। ਧੰਨਵਾਦ।